ਬਿਲਾਵਲ ਮਹੱਲਾ ਚੌਥਾ। ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਹੇ ਭਾਈ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਨਾਮ ਠੰਡ ਪਾਉਣ ਵਾਲਾ ਜਲ ਹੈ। ਇਹ ਨਾਮ ਚੰਦਨ ਦੀ ਸੁਗੰਧੀ ਹੈ, ਜਿਹੜੀ ਸਾਰੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ। ਮਿਲ ਸਤਸੰਗਤ ਪਰਮ ਪਦ ਪਾਇਆ, ਮੈਂ ਹਿਰੜ ਪਲਾਸ ਸੰਗ ਹਰ ਪੁਹੀਆ। ਹੇ ਭਾਈ, ਸਾਧ ਸੰਗਤ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਅਤੇ ਪਲਾ ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤ ਨਾਲ ਸੁਗੰਧਿਤ ਹੋ ਜਾਂਦੇ ਹਨ, ਤਿਵੇਂ ਮੇਰੇ ਵਰਗੇ ਜੀਵ ਹਰ ਨਾਮ ਦੀ ਬਰਕਤ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ। ਜਪ ਜਗਨਨਾਥ ਜਗਦੀਸ਼ ਗੁਸਈਆ। ਹੇ ਭਾਈ, ਜਗਤ ਦੇ ਨਾਥ, ਜਗਤ ਦੇ ਈਸ਼ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਸਰਨ ਪਰੇ ਸੇ ਜਨ ਉਭਰੇ, ਜੋ ਪਹਿਲਾਦ ਉਦਾਰ ਸਮਈਆ। ਰਹਾਉ, ਜਿਹੜੇ ਮਨੁੱਖ ਪ੍ਰਭੂ ਦੀ ਸਰਣ ਆ ਪੈਂਦੇ ਹਨ, ਉਹ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਬਚ ਨਿਕਲਦੇ ਹਨ। ਜਿਵੇਂ ਪਹਿਲਾਦ ਆਦਿਕ ਭਗਤਾਂ ਨੂੰ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਆਪਣੇ ਚਰਨਾਂ ਵਿੱਚ ਲੀਨ ਕਰ ਲਿਆ। ਭਾਰ 18 ਮੈਂ ਚੰਦਨ ਉੱਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਹੇ ਭਾਈ, ਸਾਰੀ ਬਨਸਪਤੀ ਵਿੱਚ ਚੰਦਨ ਸਭ ਤੋਂ ਸ੍ਰੇਸ਼ਟ ਰੁੱਖ ਹੈ। ਚੰਦਨ ਦੇ ਨੇੜੇ ਉੱਗਾ ਹੋਇਆ ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਸਾਕਤ ਕੂੜੇ ਊਬ ਸੁੱਕ ਹੋਏ, ਮਨ ਅਭਿਮਾਨ ਵਿਛੁੜ ਦੂਰ ਗਈਆ। ਪਰ ਪ੍ਰਭੂ ਨਾਲੋਂ ਟੁੱਟੇ ਹੋਏ ਮਾਇਆ ਵੇੜੇ ਪ੍ਰਾਣੀ ਉਹਨਾਂ ਰੁੱਖਾਂ ਵਰਗੇ ਹਨ, ਜੋ ਧਰਤੀ ਵਿੱਚੋਂ ਖੁਰਾਕ ਮਿਲ ਸਕਣ 'ਤੇ ਵੀ ਖਲੋਤੇ ਹੀ ਸੁੱਕ ਜਾਂਦੇ ਹਨ। ਉਹਨਾਂ ਦੇ ਮਨ ਵਿੱਚ ਅਹੰਕਾਰ ਵੱਸਦਾ ਹੈ, ਇਸ ਲਈ ਪਰਮਾਤਮਾ ਤੋਂ ਵਿਛੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ। ਹਰ ਗਤਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਨਈਆ। ਹੇ ਭਾਈ, ਵਾਹਿਗੁਰੂ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ, ਇਹ ਗੱਲ ਉਹ ਆਪ ਹੀ ਜਾਣਦਾ ਹੈ। ਜਗਤ ਦੀ ਸਾਰੀ ਮਰਿਆਦਾ ਉਸਨੇ ਆਪ ਹੀ ਬਣਾਈ ਹੋਈ ਹੈ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਧੁਰ ਲਿਖਿਆ ਸੋ ਮਿਟੇ ਨਾ ਮਿਟਈਆ। ਉਸ ਮਰਿਆਦਾ ਅਨੁਸਾਰ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ, ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ। ਹੇ ਭਾਈ, ਤੂੰ ਦਰਗਾਹ ਤੋਂ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉੱਤੇ ਜੋ ਲੇਖ ਲਿਖਿਆ ਜਾਂਦਾ ਹੈ, ਉਹ ਲੇਖ ਕਿਸੇ ਦੇ ਆਪਣੇ ਉਦਮ ਨਾਲ ਮਿਟਾਇਆ ਮਿਟ ਨਹੀਂ ਸਕਦਾ। ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ ਹੈ। ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਹੇ ਭਾਈ, ਗੁਰੂ ਦੇ ਅੰਦਰ ਭਗਤੀ ਦੇ ਸਮੁੰਦਰ ਭਰੇ ਪਏ ਹਨ, ਭਗਤੀ ਦੇ ਖਜ਼ਾਨੇ ਖੁੱਲ੍ਹੇ ਪਏ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਮਨੁੱਖ ਉੱਚੇ ਆਤਮਕ ਗੁਣ ਰਤਨ ਪ੍ਰਾਪਤ ਕਰ ਸਕਦਾ ਹੈ। ਗੁਰਚਰਣੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ। ਵੇਖੋ, ਗੁਰੂ ਦੀ ਚਰਣੀ ਲੱਗ ਕੇ ਹੀ ਮੇਰੇ ਅੰਦਰ ਇੱਕ ਪ੍ਰਭੂ ਵਾਸਤੇ ਪਿਆਰ ਪੈਦਾ ਹੋਇਆ ਹੈ।
ਹੁਣ ਪ੍ਰਭੂ ਦੇ ਗੁਣ ਗਾਉਂਦਿਆਂ ਮੇਰਾ ਮਨ ਨਹੀਂ ਰੱਜਦਾ ਹੈ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਣੀ ਕਹੀਆ। ਹੇ ਭਾਈ, ਜਿਹੜਾ ਮਨੁੱਖ ਸਦਾ ਹੀ ਪ੍ਰਭੂ ਦਾ ਧਿਆਨ ਧਰਦਾ ਰਹਿੰਦਾ ਹੈ, ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ ਤੁਹਾਨੂੰ ਉਸਦਾ ਹਾਲ ਦੱਸਿਆ ਹੈ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੇ ਪਰਈਆ। ਸੋ ਹੇ ਭਾਈ, ਮੁੜ ਮੁੜ ਹਰੇਕ ਖਿਨ ਹਰੇਕ ਪਲ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਪਰ ਇਹ ਚੇਤੇ ਰੱਖੋ, ਪ੍ਰਭੂ ਪਰੇ ਤੋਂ ਪਰੇ ਹੈ, ਕੋਈ ਜੀਵ ਉਸਦੀ ਹਸਤੀ ਦਾ ਪਰਲਾ ਬੰਨਾ ਨਹੀਂ ਲੱਭ ਸਕਦਾ। ਸਾਸਤ ਵੇਦ ਪੁਰਾਨ ਪੁਕਾਰੇ, ਧਰਮ ਕਰੋ ਖਟ ਕਰਮ ਦ੍ਰਿੜਈਆ। ਹੇ ਭਾਈ, ਵੇਦ ਸ਼ਾਸਤਰ ਪੁਰਾਣ ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਖੱਟ ਕਰਮੀ ਧਰਮ ਕਮਾਇਆ ਕਰੋ। ਉਹ ਇਹਨਾਂ 6 ਧਰਮਾਂ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਮਨਮੁਖ ਪਾਖੰਡ ਭਰਮ ਵਿਗੁੱਤੇ, ਲੋਭ ਲਹਿਰ ਨਾਵ ਭਾਰ ਬੁਡਈਆ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਸੇ ਪਾਖੰਡ ਵਿੱਚ ਭਟਕਣਾ ਵਿੱਚ ਪੈ ਕੇ ਖੁਆਰ ਹੁੰਦੇ ਹਨ। ਉਹਨਾਂ ਦੀ ਜ਼ਿੰਦਗੀ ਦੀ ਬੇੜੀ ਆਪਣੇ ਹੀ ਪਾਖੰਡ ਦੇ ਭਾਰ ਨਾਲ ਲੋਭ ਦੀ ਲਹਿਰ ਵਿੱਚ ਡੁੱਬ ਜਾਂਦੀ ਹੈ। ਨਾਮ ਜਪੋ ਨਾਮੇ ਗਤ ਪਾਵਹੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਹੇ ਭਾਈ, ਪ੍ਰਭੂ ਦਾ ਨਾਮ ਜਪਿਆ ਕਰੋ, ਨਾਮ ਵਿੱਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਪੱਕਾ ਟਿਕਾਈ ਰੱਖੋ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰ ਨਾਮ ਹੀ ਸਿਮ੍ਰਿਤੀਆਂ ਸ਼ਾਸਤਰਾਂ ਦਾ ਉਪਦੇਸ਼ ਹੈ। ਹੋਮੇ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ। ਹਰ ਨਾਮ ਦੇ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ ਹੋਮੇ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨੁੱਖ ਪ੍ਰਭੂ ਦੇ ਨਾਮ ਵਿੱਚ ਭਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਇਹੋ ਜਗ ਵਰਣ ਰੂਪ ਸਭ ਤੇਰਾ, ਜਿਤ ਲਾਵਹੇ ਸੇ ਕਰਮ ਕਮਈਆ। ਹੇ ਪਰਮਾਤਮਾ, ਇਹ ਸਾਰਾ ਜਗਤ ਤੇਰਾ ਹੀ ਰੂਪ ਹੈ, ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਉਂਦਾ ਹੈ, ਉਹੀ ਕਰਮ ਜੀਵ ਕਰਦੇ ਹਨ। ਨਾਨਕ ਜੰਤ ਵਜਾਏ ਵਾਜਹੇ, ਜਿਤ ਭਾਵੈ ਤਿਤ ਰਾਹੇ ਚਲਈਆ। ਹੇ ਨਾਨਕ ਆਖ, ਜੀਵ ਤੇਰੇ ਵਾਜੇ ਹਨ, ਜਿਵੇਂ ਤੂੰ ਵਜਾਉਂਦਾ ਹੈ ਤਿਵੇਂ ਵੱਜਦੇ ਹਨ। ਜਿਸ ਰਾਹ 'ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ 'ਤੇ ਜੀਵ ਤੁਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।